अस्सलाम वालेकुम सरदार बाजा साहब, की हाल है? ਤੁਹਾਡੇ ਪਿੱਛੇ ਵੀ ਪਾਣੀ ਦੀ ਆਵਾਜ਼ ਆ ਰਹੀ ਹੈ। ਅੱਛਾ ਅੱਛਾ, ਮੂੰਹ ਪੇ ਧੋਂਦੇ ਹੋ ਯਾਰ। ਮੈਂ ਤਾਂ ਅੱਜ ਤੱਕ ਜਿਸ ਸੰਗਿਆ ਵੀ ਫੋਨ ਕੀਤਾ ਨਾ, ਤੇ ਉਸ ਆਖਿਆ ਯਾਰ ਬਸ ਮਲਕ ਜੀ ਥੋੜਾ ਜਿਹਾ ਹੋਲਡ ਕਰੋ, ਇਹ ਫਰਾਈ ਪਾਨ ਧੋਣਾ ਪਿਆ ਤੇ ਸਿਰਫ ਵੱਡਾ ਪਤੀਲਾ ਰਹਿ ਗਿਆ। ਉਹ ਅੱਲਾ ਦਾ ਵਾਸਤਾ ਨਹੀਂ ਹੋ ਯਾਰਾ, ਉਹ ਮੈਨੂੰ ਵੀ ਬੁਲਾ ਲਓ ਉੱਥੇ ਯੂਕੇ ਵਿੱਚ। ਉਹ ਮੈਂ ਇਸ ਮੁਲਕ ਵਿੱਚ ਨਹੀਂ ਇਸ ਘਰ ਦੇ ਵਿੱਚ ਵੀ ਬੜਾ ਤੰਗ ਨੇ ਯਾਰ, ਔਰ ਮੈਂ ਬਾਂਡੇ ਬੜੇ ਸੋਹਣੇ ਧੋਂਦਾ ਨੇ ਆ ਯਾਰਾ। ਮਤਲਬ ਕਰਵਾਪਰ ਵੀ ਬੜੀ ਚੰਗੀ ਲਾਣੇ ਨੇ ਨਾ, ਤੂੰ ਹੁਣ ਚੁੱਪ ਨੰਗਵਾ ਰਹਿ ਸਕਦੀ? ਉੱਥੇ ਵੀ ਮੇਰੀ ਡਿਊਟੀ ਵਧਾਉਣ ਲੱਗੀ ਹੈ। ਔਰ ਖੁਦਾ ਦਾ ਵਾਸਤਾ ਯਾਰ ਕਿਧਰੇ ਤੇ ਤੂੰ ਚੁੱਪ ਕਰ ਬਣ ਜਾ ਯਾਰ। ਨਾ ਦੇ ਥਾ ਮੈਂ ਤੁਹਾਡੀ ਕਿਹੜਾ ਸੂਲੀ ਪਟੰਗਿਆ, ਕਿਹੜੇ ਮੈਂ ਫੈਰ ਵੀ ਮਾਰਨੀ ਆ। ਹਰ ਵਕਤ ਤੇ ਤੂੰ ਲੜਾਈ ਮੈਂ ਨਾ ਇੰਜ ਪਾਈ ਵੀ ਆ ਜਿਵੇਂ ਬਹਿ ਹੀ ਵਿਆਹ ਪਿੜੀਓ ਨਹੀਂ ਜਰਮਨ ਚ ਕਰ ਕਾਂਦਾ ਕਿਸੇ ਹਿਟਲਰ ਦੇ ਕਰੋ। ਲੱਗੀ ਤੂੰ ਗੱਲਾਂ ਕਰਨ, ਜਦੋਂ ਵੀ ਅਸੀਂ ਤੁਹਾਡੇ ਘਰ ਗਏ ਆ ਤਾਂ ਤੁਸੀਂ ਉਸ ਵੇਲੇ ਕਿਉਂ ਨਹੀਂ ਮਨਾ ਕਰ ਦਿੱਤਾ? ਮੇਰੀ ਮਾਂ ਆਖੋ, ਮੈਨੂੰ ਆਖੋ, ਇਹ ਗੱਲ ਆਪਣੀ ਮਾਂ ਆਖ ਕਿ ਇਹ ਲੜਕਾ ਮੈਨੂੰ ਨਹੀਂ ਪਸੰਦ। ਲੜਕਾ ਨਹੀਂ ਨਹੀਂ, ਮੈਂ ਉੱਥੇ ਖੁੰਡੀ ਤੇ ਗਏ ਸੀ, ਮੈਂ ਉੱਥੇ ਬਤੇਰ ਪਿੱਟੀ ਸੀ, ਮੈਂ ਨਹੀਂ ਕਸਾ ਨਹੀਂ ਸੀ ਸੁਣੀ, ਮੈਂ ਤਾਂ ਤੇਰੀ ਹਿੱਕ ਵੀ ਨਹੀਂ ਸੁਣੀ, ਪਤਾ ਨਹੀਂ ਤੂੰ ਕੀ ਆਖਿਆ ਸੀ।